ਅਮਰੀਕਾ ਵਿੱਚ ਪਹਿਲਾਂ ਟਮਾਟਰ ਖਾਦੇ ਨਹੀਂ ਸੀ ਜਾਂਦੇ ਘਰਾਂ ਨੂੰ ਸਜਾਉਣ ਲਈ ਵਰਤੇ ਜਾਂਦੇ ਸਨ ਕਿਉਂਕਿ ਵਹਿਮ ਸੀ ਜਿਹੜਾ ਖਾਏਗਾ ਮਰ ਜਾਏਗਾ ਅਮਰੀਕਾ ਵਿੱਚ ਨਿਊ ਜਰਸੀ ਦੇ ਕਰਨਲ ਰਾਬਰਟ ਗਿਬਨ ਜான்ਸਨ ਨੇ ਐਲਾਨ ਕੀਤਾ ਕਿ ਉਹ ਸ਼ਹਿਰ ਦੇ ਵੱਡੇ ਚੌਕ 'ਚ ਖਲੋ ਕੇ ਇੱਕ ਨਹੀਂ ਦੋ ਨਹੀਂ ਉਹ ਟਮਾਟਰਾਂ ਦੀ ਛੋਟੀ ਭਰੀ ਟੋਕਰੀ ਖਾਏਗਾ ਉਨੇ ਟਮਾਟਰਾਂ ਦੀ ਟੋਕਰੀ ਖਾਧੀ ਜਦੋਂ ਉਹਨੂੰ ਕੁਝ ਨਾ ਹੋਇਆ ਤਾਂ ਪੰਜਾਂ ਸਾਲਾਂ ਵਿੱਚ ਹੀ ਟਮਾਟਰ ਸਬਜ਼ੀ ਦੀ ਹਰ ਦੁਕਾਨ ਤੇ ਵਿਕਣ ਲੱਗ ਪਏ ਤੇ ਟਮਾਟਰਾਂ ਦਾ ਜੂਸ ਸੂਪ ਤੇ ਚਟਨੀ ਲੋਕਾਂ ਦੀ ਪਸੰਦ ਬਣ ਗਈ ਧੰਨਵਾਦ